ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ। ਇੱਕ ਅੱਛੀ ਤੇ ਬਿਹਤਰੀਨ ਵੀਡੀਓ ਤੋਂ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਵੀਰਾਂ ਦੇ ਸਾਹਮਣੇ ਅੱਜ ਇੱਕ ਨੀਲੀ ਦੇ ਬਿਹਤਰੀਨ ਔਰ ਅਨਮੋਲ ਤੋਹਫਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਇਹ ਜਨਾਬ ਪਹਿਲਣ ਮਾਝੇ ਜਾਂ ਦੂਜਣ ਮਾਝੇ, ਵੀਰਾਂ ਦੇ ਸਾਹਮਣੇ ਤੁਸੀਂ ਆਪ ਤਸੱਲੀ ਕਰਨੀ ਹੈ। ਮਰਲੇ ਮਰਲੇ ਦੀ ਵਣ ਤੇ ਖੂਬਸੂਰਤ ਜਨਾਬ ਠੰਡ ਲੱਗਿਆ। ਮੱਝ ਨੂੰ ਕੱਦ ਬੜੇ ਨੇ, ਮੱਝ ਮਾਸ਼ਾਅੱਲਾ ਹਾਥੀ ਜੱਡੀ ਏ। ਪੁੱਠਾ ਮੈਂ ਇਹਨੂੰ ਜਨਾਬ ਡੇਢ ਦੋ ਮਰਲੇ ਦਾ ਖੁੱਡਾ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਮੈਂ ਇਹਨੂੰ ਹਵਾਨੇ, ਮੈਂ ਇਹਨੂੰ ਨਸਲ, ਮੈਂ ਇਹਨੂੰ ਜ਼ਾਤ ਹਜ਼ਾਰਾਂ ਮਹੀਨੇ ਦੇ ਵਿੱਚੋਂ ਕਦੇ ਜਮੇ ਹੀ ਪੈਦਾ ਹੁੰਦੀਆਂ ਨੇ। ਮੈਂ ਪਹਿਲਣੇ ਜਾਂ ਦੂਜਣੇ, ਅੱਜ ਵੀਰਾਂ ਦਾ ਪਤਾ ਲੱਗਣਾ ਹੈ ਕਿ ਇਹ ਮੈਂ ਕਿਹੜੀ ਕੈਟਾਗਰੀ ਦੀ ਏ, ਪਹਿਲਣ ਕੈਟਾਗਰੀ ਦੀ ਏ ਜਾਂ ਦੂਜਣ ਕੈਟਾਗਰੀ ਦੀ ਏ। ਅੱਜ ਵੀਰਾਂ ਨੇ ਤਸੱਲੀ ਨਾਲ ਦੱਸਣਾ ਮੈਂ ਹੈਗੀ ਏ ਪਹਿਲਣ ਦੂਜਣੇ ਜੀ। ਮਾਸ਼ਾਅੱਲਾ ਕਿਆ ਬਾਤ ਹੈ, ਮੈਂ ਤੁਹਾਡਾ ਸੋਹਣਾ ਖਾਣਾ। ਮੈਂ ਜਨਾਬ ਹੈਗੀ ਹੈ ਜੀ ਦੂਜਣ। ਵੀਰ ਚਾਚਾ ਜੀ ਕਹਿੰਦੇ ਪਏ ਨੇ ਕਿ ਮੱਝ ਹੈਗੀ ਜੀ ਦੂਜਣ। ਦੂਜਣ ਮੈਂ ਸਜਰੀ ਸੁਰੀ ਤਿੰਨ ਤੋਂ ਚਾਰ ਦਿਨ ਦੀ ਵੀਰਾਂ ਦੇ ਸਾਹਮਣੇ ਪੰਡਾਂ ਦੇ ਮੈਂ ਇਹਨੂੰ ਹਵਾਨੇ। ਅੱਲਾ ਦੇ ਫਜ਼ਲੋ ਕਰਮ ਨਾਲ ਹਯਾਤੀ ਅੱਲਾ ਪਾ ਕੇ ਦੀ ਕਰੇ, ਲੈਣੇ ਦੇਣੇ ਮੁਕੱਦਰ ਨੇ। ਔਰ ਜਨਾਬ ਵੀਰਾਂ ਵਾਸਤੇ ਜਨਾਬ ਤੋਹਫਾ ਨੀਲੀ ਦਾ ਅਸੀਂ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਬੜੇ ਵੱਡੇ ਕੱਦ ਦੀ, ਬੜੀ ਖੂਬਸੂਰਤ ਦੁੱਧ ਦੀ ਨਹਿਰ, ਮੈਂ ਇਹਦੇ ਕੋਲ ਦੁੱਧ ਇਸ ਟਾਈਮ ਜਿਹੜਾ ਜੀ ਤਸੱਲੀ ਕਰਾ ਕੇ ਅਸੀਂ ਜਿਹੜਾ ਦੇਣਾ ਹੈ ਉਹ ਇਨਸ਼ਾਅੱਲਾ 15 ਤੋਂ 16 ਕਿਲੋ ਹੈ। ਦੋ ਟਾਈਮ ਕੋਈ ਵੀਰ ਤਸੱਲੀ ਕਰੇ, ਇਹ ਜਿਹੀਆਂ ਮਈ ਐਡੇ ਕੱਦ ਸ਼ਾਨ ਵਾਲੀਆਂ, ਐਡੀਆਂ ਨਸਲ ਜ਼ਾਤ ਵਾਲੀਆਂ, ਐਡੇ ਖਾਨਦਾਨਾਂ ਵਾਲੀਆਂ ਆਮ ਮਈ ਲੱਭਦੀਆਂ ਹੀ ਨਹੀਂ। ਬਾਕੀ ਮੁੱਲ ਵੀ ਲੋਕਾਂ ਤੋਂ ਇਨਸ਼ਾਅੱਲਾ ਮਕਬੂਲ ਔਰ ਮੁਨਾਸਬ ਹੋਏਗਾ। ਲੈਣੇ ਦੇਣੇ ਤਾਂ ਮੁਕੱਦਰ ਹੁੰਦੇ ਨੇ, ਹਰ ਬੰਦੇ ਦੀ ਆਪਣੀ ਚਾਹਤ ਹੈ। ਕੋਈ 2.5 ਲੱਖ ਵਾਲਾ ਲੱਭਦਾ ਫਿਰਦਾ ਹੈ, ਕੋਈ 3 ਵਾਲੀ ਲੱਭਦਾ ਫਿਰਦਾ ਹੈ, ਕੋਈ 5 ਵਾਲੀ ਲੱਭਦਾ ਫਿਰਦਾ ਹੈ। ਮੈਂ ਸਾਡੀ ਇਨਸ਼ਾਅੱਲਾ ਅਲਹਮਦੁਲਿਲਾ ਜ਼ਮਾਨੇ 'ਚ ਇੱਕ ਪਾਸੋਂ, ਔਰ ਜਨਾਬ ਨੀਲੀ 'ਤੇ ਇੱਕ ਪਾਸੋਂ। ਨੀਲੀ ਦੀ ਜਨਾਬ ਮੱਝ ਨਾ ਹੋਵੇ, ਰੁਪਈਆ 1 ਨਹੀਂ ਲੈਣਾ, ਮੱਝ ਦੇ ਮਗਰ ਕੱਟੀ ਏ। ਦੂਜਾ ਜਨਾਬ ਖੁਆ ਸੂਈ ਏ, ਫਿਰ ਕੁੰਡਾ। ਮੈਨੂੰ ਕੱਦ ਬੜਾ, ਮੈਨੂੰ ਜਵਾਨੀ ਬੜੀ, ਮੈਨੂੰ ਨਸਲ ਜ਼ਾਤ ਬੜੀ, ਮੈਨੂੰ ਖਾਨਦਾਨ ਬੜੇ। ਅੱਲਾ ਦੇ ਫਜ਼ਲ ਕਰਨ ਨਾਲ ਇਹ ਜਿਹੀਆਂ ਮਈ ਨੀਲੀ 'ਤੇ ਆਮ ਪੈਦਾ ਹੀ ਨਹੀਂ ਹੁੰਦੀਆਂ। ਔਰ ਐਡੇ ਵੱਡੇ ਕੱਦ ਮੱਝ ਨੂੰ ਰਹਿ ਰੱਬ ਦਾ ਨਾਂ, ਮਾਸ਼ਾਅੱਲਾ ਮਰਲੇ ਮਰਲੇ ਦੀ ਵੰਡ। ਔਰ ਜਨਾਬ ਖੂਬਸੂਰਤ ਤਰੀਨ ਜਾਨਵਰ ਨੀਲੀ ਦਾ ਵੀਰਾਂ ਵਾਸਤੇ ਤੋਹਫੇ ਅਸੀਂ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਔਰ ਮਾਸ਼ਾਅੱਲਾ ਬੜੇ ਵੱਡੇ ਕੱਦ ਨੇ, ਆਮ ਰੇਟ ਔਰ ਮਕੂਲ ਰੇਟ ਦੇ ਵਿੱਚ ਜਨਾਬ ਇਨਸ਼ਾਅੱਲਾ ਵੀਰਾਂ ਨੂੰ ਜਾਨਵਰ ਦੇਣਾ। ਔਰ ਜੇ ਜਾਨਵਰ ਵੀ ਕਿਆ ਬਾਤ ਹੈ, ਜਾਨਵਰ ਵੀ ਐਸਾ ਹੈ ਕਿ ਇਨਸ਼ਾਅੱਲਾ ਜ਼ਮਾਨੇ ਦੇ ਵਿੱਚ ਇਹ ਜਿਹੇ ਜਾਨਵਰ ਬਹੁਤ ਘੱਟ ਮਿਲਦੇ ਨੇ। ਦੂਜਣ ਮੱਝ ਹੋ ਕੇ ਐਡੀ ਜਵਾਨ ਔਰ ਐਡੇ ਕੱਦ ਹਾਥੀ ਜਿੰਨੀ, ਪਿੱਛੇ ਜਨਾਬ ਇਹਦੇ ਕੱਟੀਏ। ਔਰ ਮੱਝ ਸਜਰੀ ਸੂਈ ਹੈ 3-4 ਦਿਨਾਂ ਦੀ, ਦੁੱਧ ਪੁੱਤਰ ਹਮੇਸ਼ਾ ਲਸੀਦਾ, ਲੇਕਿਨ ਜਿਹੜੀ ਆਪਣੀ ਗੱਲ ਹੈ ਆਪਾਂ 2 ਟਾਈਮ ਚਵਾ ਕੇ ਦਿਆਂਗੇ ਦੁੱਧ। ਮੈਂ ਇਨਸ਼ਾਅੱਲਾ 15-16 ਸੇਰ ਆਰਾਮ ਨਾਲ ਲਈ ਫਿਰਦੀ ਹੈ, ਤਸੱਲੀ ਕਰਾ ਕੇ ਦਿਆਂਗੇ। ਜਿਹੜੇ ਵੀਰ ਦੇ ਦਿਲ ਕਰੇ ਉਹ ਜਨਾਬ ਤਸੱਲੀ ਕਰੇ। ਮੱਝ ਦੀ ਮਾਸ਼ਾਅੱਲਾ ਪੀੜ੍ਹੀਆਂ ਦੇ ਪਾਵੇਂ ਵਰਗਾ ਖੂਬਸੂਰਤ ਮਰਲੇ ਮਰਲੇ ਦੀ ਵੰਡ ਤੇ ਆਲਾ ਕੁਆਲਿਟੀ ਦੇ ਜਨਾਬ ਜਾਨਵਰ ਦੇ ਥਣ ਲੱਗਿਆ। ਔਰ ਮਾਸ਼ਾਅੱਲਾ ਓਨੀ ਜਵਾਨ, ਓਨੀ ਨਫੀਸ, ਓਨੀ ਖੂਬਸੂਰਤ ਧੋਣ ਮੈਂ ਦੀ, ਕੱਦ ਲੰਮੀ ਏ, ਅੱਖ ਬਿੱਲੀ ਏ, ਪਰਲੇ ਪਰਲੇ ਜਿਹੜੀ ਕਾਲੀ ਏ, ਮੱਥੇ ਗਲਕੀ ਜੀ ਫੁੱਲੀ, ਸਿਰ ਉੱਤੋਂ ਜਾ ਕੇ ਜਨਾਬ ਚੂਰ ਕੁੰਡਾ, ਮਾਸ਼ਾਅੱਲਾ ਮਗਰ ਕੱਟੀ, ਬੜੀ ਖੂਬਸੂਰਤ ਜਨਾਬ, ਆਲਾ ਕੁਆਲਿਟੀ ਜਨਾਬ। ਇਹ ਬਿਹਤਰੀਨ ਜਮਲੇਰਾ ਤੋਂ ਜਨਾਬ ਆਲਾ ਔਰ ਕੁਆਲਿਟੀ ਵਾਲਾ ਜਨਾਬ ਦਾਣਾ ਵੀਰਾਂ ਵਾਸਤੇ ਸੀ, ਖਾਸ ਖੋਖਰਾਂ ਦੇ ਘਰ ਦੀ। ਔਰ ਜਨਾਬ ਲੈ ਕੇ ਅਸੀਂ ਆਏ ਖਾਸ ਜਮਲੇਰੇ ਤੋਂ। ਜਮਲੇਰਾ ਜੰਮਣ ਸ਼ਾਹ ਦਾ ਜਿਹੜਾ ਏਰੀਆ, ਵੀਰ ਸਾਰੇ ਜਾਣਦੇ ਨੇ, ਸਮਝਦੇ ਨੇ ਕਿ ਦਰਿਆ ਦਾ ਏਰੀਆ ਵੰਡਾ। ਬਹਿਣੀ ਵਾਲੇ ਪਾਸੇ ਦੀ ਵੀ ਪੂਰੀਆਂ, ਮਗਰਲੀਆਂ ਵੀ ਪੂਰੀਆਂ, ਅਗਲੀਆਂ ਵੀ ਪੂਰੀਆਂ।
ਥਣ ਰੁਕ ਰੁਕ ਦਾ ਲੱਗਿਆ ਹੋਇਆ ਔਰ ਮਾਸ਼ਾਅੱਲਾ ਕਿਆ ਬਾਤ ਹੈ ਮੱਝ ਦੀ, ਮੱਝ ਦੀਆਂ ਹੋ ਕੇ ਗੱਲਾਂ ਕਰਨਗੇ ਬਲਕਿ ਰੀਸਾਂ ਕਰਨਗੇ। ਇਹ ਜਨਾ ਪਿੱਛੇ ਕੱਟੀਏ ਕਹਿੰਦਾ ਮੈਂ ਹਵਾਨਾ ਵਿਖਾਓ ਨਾ ਜ਼ਰਾ ਮੱਝ ਦਾ, ਮੱਝ ਨੂੰ ਮਾਸ਼ਾਅੱਲਾ ਕਿੱਡਾ ਹਲਾਵਾਨਾ ਔਰ ਕਿਹੜੀ ਨਸਲ ਦਾਤ ਹੈ ਮੱਝ ਨੂੰ ਅੱਲਾ ਦੀ ਸਪੁਰਦ। ਮਾਸ਼ਾਅੱਲਾ ਕਿਆ ਬਾਤ ਹੈ, ਮਾਸ਼ਾਅੱਲਾ ਬਹੁਤ ਆਲਾ ਕੁਆਲਿਟੀ ਦਾ ਜਨਾਬ ਜਾਨਵਰ ਹੈ, ਖੂਬਸੂਰਤ। ਚਾਚਾ ਜੀ ਮੱਝ ਨੂੰ ਛੱਡ ਕੇ ਟੋਰੋ ਨਾ ਜੀ, ਟੋਰੋ ਮੱਝ ਦਾ ਪੈੜਾ ਕੱਢ ਕੇ ਨਾ ਜੀ, ਮੱਝ ਨੂੰ ਟੋਰੋ ਮਾਸ਼ਾਅੱਲਾ। ਮੱਝ ਨੂੰ ਕਿਹੜਾ ਖੂਬਸੂਰਤ ਥਾਣ ਔਰ ਮਾਸ਼ਾਅੱਲਾ ਓਡਾ ਹੀ ਜਿੱਥੇ ਮੈਂ ਇਹਨੂੰ ਥਾਣੇ ਓਡਾ ਹੀ ਮੈਂ ਪਸੰਦ ਖਾਣ ਕਰੇਗੀ ਔਰ ਓਡਾ ਹੀ ਮਾਸ਼ਾਅੱਲਾ ਚੁਆ। ਲੰਮੀ ਟੋਰੋ ਜੀ, ਲੰਮੀ ਟੋਰ ਨਹੀਂ ਮੈਂ, ਕਿਉਂਕਿ ਮੈਂ ਤਾਂ ਕੱਦ ਅੰਦਾਜ਼ਾ ਹੋ ਜਾਏ। ਐਡੀ ਵੱਡੀ ਮੱਝ ਜਿਹੜੀ ਹੈ ਮਾਰਕੀਟ ਦੇ ਵਿੱਚ ਮਾਸ਼ਾਅੱਲਾ ਬਹੁਤ ਘੱਟ ਮਿਲਦੀ ਹੈ, ਮਾਸ਼ਾਅੱਲਾ ਉੱਠ ਜਿਹੜੀ ਮੱਝ ਹੈ। ਔਰ ਫਿਰ ਨੀਲੀ ਦੀ ਮੈਂ ਵਾਨੇ ਦੀ ਗੇਰ ਵੀਰ ਚੈੱਕ ਕਰਨਗੇ, ਮਾਸ਼ਾਅੱਲਾ ਕੱਢ ਕੱਢ ਵੀ ਟੁੱਟਦੀ ਹੈ। 2 ਫੁੱਟ ਵਾਨਾ ਅੱਗੇ, 2 ਫੁੱਟ ਮੈਂ ਇਹਦੇ ਕੋਲ ਵਾਨਾ ਪਿੱਛੇ, ਔਰ ਮਾਸ਼ਾਅੱਲਾ ਕਿਆ ਖੂਬਸੂਰਤ ਜਾਨਵਰ ਹੈ ਅਲਹਮਦੁਲਿਲਾ। ਬੰਦੇ ਦੇ ਸਿਰ ਜਿਹੜੀ ਉੱਚੀ ਹੈ, ਮੁੱਲ ਇਨਸ਼ਾਅੱਲਾ ਮੁਨਾਸਿਬ ਹੋਏਗਾ, ਕੋਈ ਲੰਮਾ ਨਹੀਂ, ਕੋਈ ਚੌੜਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇਨਸ਼ਾਅੱਲਾ ਮੁਨਾਸਿਬ ਮੁੱਲ ਕਰਨਾ। ਕੱਦ ਦਾ ਅੰਦਾਜ਼ ਤੁਸੀਂ ਕਰ ਲੈਣਾ, ਕੱਦ ਮੈਂ ਇਹਨੂੰ ਕੱਢਿਆ, ਗੜਾਪ ਤੇ ਚੈੱਕ ਕਰ ਲੈਣਾ, ਮੈਂ ਕੋਲ ਖਲੋਵਾਂਗਾ, ਮੇਰੇ ਤੋਂ ਅੰਦਾਜ਼ਾ ਲਾ ਲੈਣਾ। ਇਹ ਗੜਾਪੀ ਹੈ, ਗੜਾਪੀ ਦੇ ਨਾਲ ਜਨਾਬ ਮੱਝ ਖੜੀ ਹੈ, ਕੱਦ ਚੈੱਕ ਕਰਨਾ। ਉਹ ਬੱਚਾ ਖੜਾ ਜਿਹਦਾ ਕੱਦ ਤਕਰੀਬਨ 5 ਫੁੱਟ ਹੈ, ਔਰ ਮਾਸ਼ਾਅੱਲਾ ਇੰਨੇ ਉੱਚੇ ਕੱਦ ਦੀ ਔਰ ਨਸਲ ਦਾਤ ਵਾਲੀ, ਐਡੀ ਪੋਲੀ ਮੈਂ ਐਸੀ ਮੂੰਹ ਦੀ ਪੋਲੀ ਕਿ ਜੋ ਮਰਜ਼ੀ ਕੀਤੀ ਕੋਈ ਇਤਰਾਜ਼ ਨਹੀਂ। ਪੁੱਤਰ ਲੈ ਚਲੋ ਜੀ ਪਿੱਛੇ ਕੱਟੀ ਥੂ, ਮੈਂ ਇਹਦੇ ਕੋਲ ਚੋਣ ਦੋ ਤਾਂ ਆਪਾਂ ਸਾਰਾ ਪੁੱਛਣਾ ਕਿੰਨਾ ਔਰ ਕੀ ਗੱਲ ਬਾਤ ਹੈ, ਸਾਰੀ ਤਸੱਲੀ ਆਪਾਂ ਲੈਣੀ। ਮੈਂ ਉੱਥੇ ਲੈ ਚਲੋ, ਮੈਂ ਅਸਲ ਮਾਲ ਜਾਂਦੀ ਹੈ, ਮਾਲ ਦੀ ਮੈਂ ਆਉਂਦੀ, ਮੈਨੂੰ ਮਾਲ ਚਲ ਜਾਓ। ਔਰ ਮਾਸ਼ਾਅੱਲਾ ਗੋਲ ਪੈਰ ਨੇ ਜੋਟੀ ਨੂੰ, ਗੋੜਿਆਂ ਵਰਗੇ ਲੋਕ ਆਉਂਦੇ ਸੁੰਭ ਗੱਲਾਂ ਕਰਦੇ ਨੇ, ਲੇਕਿਨ ਗੋਲ ਪੈਰ ਥੰਮਾਂ ਵਰਗੇ ਆਮ ਮਈ ਨੂੰ ਨਹੀਂ ਲੱਗਦੇ, ਕਿਉਂਕਿ ਬਾਹਰ ਐਸੀ ਹੈ ਜਮਲੇਰਾ ਔਰ ਜੰਮਨ ਸ਼ਾਹ ਐਸੀ ਬਾਹਰ ਹੈ ਜਿੱਥੇ ਮਈ ਨੂੰ ਖੂਬਸੂਰਤੀ ਔਰ ਦੇ ਨਾਲ ਨਾਲ ਆਲਾ ਕੁਆਲਿਟੀ ਦੇ ਜਨਾਬ ਜਾਨਵਰ ਇਸ ਬਾਹਰ 'ਚ ਪੈਦਾ ਹੁੰਦੇ ਨੇ। ਔਰ ਜਨਾਬ ਸਤਲੁਜ ਦੀ ਬਾਹਰ ਹੈ, ਸਾਰੇ ਜ਼ਮਾਨੇ ਨੂੰ ਪਤਾ ਹੈ, ਸਾਰੇ ਜ਼ਮਾਨਿਆਂ ਨੂੰ ਇਲਮ ਹੈ ਕਿ ਮੈਂ ਦੀ ਨਾਸ ਵੱਡੀ, ਬੁੱਥੀ ਲੰਮੀ ਔਰ ਥਣ ਚੰਗਾ ਔਰ ਮਾਸ਼ਾਅੱਲਾ ਪੁੱਠਾ ਚੰਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਪਾਸੇ, ਮੈਂ ਦੀ ਨਸਲਜ਼ਾਦ ਔਰ ਇਲਾਕਾ ਇੱਕ ਪਾਸੇ। ਚਾਚਾ ਜੀ ਆਓ ਹੋਈ ਪਿੱਛੇ ਕੱਟੀ ਹੈ ਮੈਂ, ਮਾਸ਼ਾਅੱਲਾ ਆਓ ਜੀ। ਸਲਾਮ ਅਲੈਕਮ ਜੀ, ਇੱਥੇ ਛਾਂ ਤੇ ਆਓ। ਚਾਚਾ ਜੀ ਕੀ ਹਾਲ ਚਾਲ ਨੇ? ਅੱਲਾ ਪਾਕ ਦੀ ਬੜੀ ਨਾ ਖੈਰੀਅਤ ਹੈ, ਸਭ ਖੈਰ, ਸਿਹਤ ਤਬੀਅਤ ਠੀਕ ਹੈ ਜੀ। ਮਾਸ਼ਾਅੱਲਾ ਮੈਂ ਚੰਗੀ ਕੱਢੀਏ, ਸੁਥਰੀ ਕੱਢੀਏ, ਵੱਡੀ ਕੱਢੀਏ, ਚੋਦਾਂ ਕਿਲੋ ਐਸੇ ਛੇ ਦਿਨ ਦੀ ਸੂਈ ਹੈ ਚੋਦਾਂ ਕਿਲੋ ਦੁੱਧ ਹੈ ਚਾਚਾ ਜੀ ਕਹਿੰਦੇ ਦੁੱਧ ਹੋਵੇਗਾ 15-16 ਲੇਕਿਨ ਅਸੀਂ ਦੁੱਧ ਦੱਸਣਾ ਜਿਹੜਾ ਮੌਕੇ ਤੇ ਆਇਆ ਉਸੇ ਗੱਲਾਂ ਨਹੀਂ ਸੁਣਾ ਰਹੇ ਦੁੱਧ ਮੈਂ ਕੋਲ ਸੋਲਾਂ ਹੀ ਦੁੱਧ ਆ ਕੇ ਮੌਕੇ ਤੇ ਵਧੇ ਠੰਡ
ਇਹਨਾਂ ਦਾ 14 ਸਿਰ 14 ਤਕੜੀ ਤੇ ਰੱਖ ਕੇ ਚੋਰ ਖਿਲ ਜਾਂਦੇ 14 14 ਵਾਹ 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 ਕੀ ਬਾਤ ਹੈ ਅੱਛਾ ਸਰ ਮੁੱਲ ਵੀ ਐਡੇ ਪਿਆਰ ਨਾਲ ਕਰਨਾ ਜਿਹਨਾਂ ਤੁਹਾਨੂੰ ਸੀਨਾ ਆਇਆ ਗਰਮੀ ਬੜੀ ਹੈ ਵੱਟ ਤੇ ਮੇਰੇ ਵੀ ਨਿਕਲ ਗਏ ਮੇਰਾ ਕਲਰ ਇਹ ਜਾ ਪਾਇਆ ਸੀਨਾ ਫੀਲ ਨਹੀਂ ਹੁੰਦਾ ਅਗਲੇ ਦਿਨ ਹੁੰਦੇ ਤਾਂ ਮੈਂ ਸੀ 10 ਲੱਖ ਇਵੇਂ ਗੱਲ
ਆਈ ਸਮਝ ਆ ਜਿਵੇਂ ਗੱਲ ਹੁਣ ਭਰਾਵਾਂ ਨਾਲ ਮੁਹੱਬਤਾਂ ਤੇ ਸ਼ੌਕਤਾਂ ਤੇ ਮੈਂ ਅਸਲ ਅਸਲ ਮੈਂ ਜਿਹੜੀ ਹੈ ਆਪਾਂ ਵੀਰ ਨੂੰ ਦੇਵਾਂਗੇ 680,000 ਦਾ ਨਹੀਂ ਪਿਆਰ ਕਰ ਨਦੀਮ ਹੈ ਜੀ ਮੈਂ ਤਾਂ ਪਹਿਲਾਂ ਉੱਧਰ ਵੇਖ ਮੈਂ ਉਹਨੂੰ ਚੱਡੇ ਮੈਂ ਥਾਣ ਮੈਂ ਸ਼ਫਕਤ ਕਰ ਥੋੜ੍ਹੀ ਸ਼ਫਕਤ ਕਰ ਪਿਆਰ ਕਰ ਇੱਕੋ ਨਿੱਕੀ ਜਿਹੀ ਗੱਲ ਕਰ ਇੱਕੋ ਜਿਹੀ ਕਰ ਦੇ ਕਿ ਪੁੱਤਰਾ ਛੱਡ ਦੇ ਤੈਨੂੰ ਬਸ ਆ ਚੁੱਕੇ ਨਦੀਮ 60,000 ਦੀ 660,000 ਦੀ ਮੈਂ ਦਾ ਵਾਹ ਵਾਹ ਕੀ ਬਾਤ ਜੇ ਏਡੀ ਮੈਂ ਬਾਹਰ ਚੋਂ ਮੰਗਰ ਜਾ ਜੇ ਮੈਂ 800,000 ਦੀ ਲੋਕ ਨਾ ਆਖਰ ਤਾਂ ਮੈਂ ਇਸ ਗੱਲ ਮੇਰੇ ਨਾਲ ਟੁਰੇ ਏਡੀ ਮੈਂ ਲੱਭ ਲਵੇ ਤੇ ਲੋਕੀ ਇਹ ਹੀ ਮੁੱਲ ਕਰਨਗੇ 8,00,000, 9,00,000, 9,00,000, 10,00,000 660,000 ਰੁਪਏ ਜਿਹੜੇ ਵੀਰ ਲੱਖ ਦਾ ਟੋਕਾ ਰੱਖ ਕੇ ਤੁਹਾਨੂੰ ਮੁੱਲ ਆਉਂਦੇ ਨੇ ਉਹਨਾਂ ਨੂੰ ਤੁਹਾਨੂੰ ਮਾਜ਼ਰਤ ਹੈ ਬਿਲਕੁਲ ਅਸੀਂ ਉੱਪਰ ਮਾਜ਼ਰਤ ਕਰਨੇ ਆ ਕਿਉਂਕਿ ਸਾਡੀ ਐਮਈ ਦੇ ਵਿੱਚ ਐਡੇ ਓਲੇ ਨਹੀਂ ਹੁੰਦੇ ਜੇ ਕੋਈ ਆਖੇ ਐਡੀ ਮੈਂ 3 ਦੀ 4 ਦੀ ਲੈ ਦਿੰਦਾ 4.5 ਦੀ 5 ਦੀ ਮੈਂ ਲੈਣ ਨੂੰ 10 ਮਈਆਂ ਲੈਣ ਨੂੰ ਤਿਆਰ ਹਾਂ ਮੁੱਲ ਲਾਣ ਬੰਦੇ ਜਿਹੜੇ ਲੱਖ ਥੱਲੇ ਲਾ ਕੇ 1.5 ਲੱਖ ਥੱਲੇ ਲਾਉਂਦੇ ਲੱਭਦੀਆਂ ਪਈਆਂ ਨੇ ਕੋਈ ਕਹਿੰਦਾ ਅਸੀਂ ਵੇਚਣੀਆਂ ਨੇ ਉਹਨਾਂ ਨੂੰ ਅਸੀਂ ਮਾਦਰਤ ਕਰਨੇ ਪਹਿਲੇ ਹੀ ਸਾਡਾ ਨਾ ਟਾਈਮ ਜ਼ਾਇਆ ਕੀਤਾ ਕਰੋ ਨਾ ਅਸੀਂ ਤੁਹਾਡਾ ਕਰਦੇ ਅਸੀਂ ਬੰਦੇ ਆ ਮੈਰਿਟ ਵਾਲੇ ਮਿਆਰ ਵਾਲੇ ਲੋਕਾਂ ਸਾਡੇ ਕੋਲ ਟੋਕੇ ਨਹੀਂ ਵੱਜਦੇ ਲੋਕਾਂ ਤੇ ਸਾਡੇ ਕੋਲ ਬੇਈਮਾਨੀਆਂ ਨਹੀਂ ਹੁੰਦੀਆਂ ਅਸੀਂ ਦੁੱਧ ਖਾਣੇ ਦੀ ਨਾ ਆਵੇ ਮੱਝ ਜਮਲੇਰੇ ਦੀ ਨਾ ਆਵੇ ਮੈਂ ਖੋਖਰਾ ਘਰ ਦੀ ਨਾ ਆਵੇ ਮੈਂ ਮੱਝ ਫਰੀ ਵੰਡਦਾ ਦੁੱਧ ਨਾ ਝੂਠ ਬੋਲੀਏ ਨਾ ਅਸੀਂ ਜਨਾਬ ਇਹਦੇ ਤੇ ਝੂਠ ਬੋਲੀਏ ਨਾ ਰੇਟ ਤੇ ਸਾਡਾ ਫਰਕ ਹੁੰਦਾ ਉਨੀ ਵੀ ਹੁੰਦਾ ਜਦੋਂ ਬੱਚਿਆਂ ਦੀ ਰੋਟੀ ਬਣੀ ਅੱਜ ਚਾਚੇ ਨੂੰ ਕਹਿਣਾ ਚਾਹੀ ਬਿਸਮਿਲਾ ਕਰਕੇ ਜਨਾਬ ਮੱਝ ਵੇਚ ਲੈ ਉਹ ਵੇਚ ਲੈ ਆਪਾਂ ਕੋ 24 ਸਿਰ ਨਹੀਂ ਆਖਿਆ 20 ਸਿਰ ਨਹੀਂ ਆਖਿਆ ਜਿਹੜਾ ਹੈ ਉਹ ਦੱਸੋ ਉਹ ਹੀ ਆਖਿਆ ਲੋਕਾਂ ਦਾ ਰੱਚਾ ਵੀ 25 ਸਿਰ ਆਖੇ ਨੇ 3 ਡੰਗ 14 ਸਿਰ ਦੁੱਧ ਦੇ ਚਾਚਾ ਦਾ ਹੋਸੀ 15-16 ਤੁਹਾਨੂੰ 14 ਕਿਲੋ ਦੀ ਆਵਾਜ਼ ਹੈ ਵੀਡੀਓ ਲੱਗੀ ਅੱਛੀ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਔਰ ਆਪਣੀ ਰਾਏ ਨਾਲ ਸਾਨੂੰ ਕਰਨਾ ਜ਼ਰੂਰ ਹੈਗਾ ਪਾਕਿਸਤਾਨ ਜ਼ਿੰਦਾਬਾਦ ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ